ਬਾਬਾ ਜੀ ਦੀ ਪਿਆਰੀ ਸਤਕਾਰਯੋਗ ਸੰਗਤ ਜੀ ਰਾਧਾ ਸਵਮੀ ਮਹਾਰਾਜ ਚਰਨ ਸਿੰਘ ਜੀ ਨੇ ਸਵਾਮੀ ਜੀ ਮਹਾਰਾਜ ਦੀ ਬਾਣੀ ਵਿੱਚ ਜੋ ਸੈਕਿੰਡ ਪੁਆਇੰਟ ਲਿਆ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਕੋਈ ਯਾਤਰਾ ਕਰਦੇ ਹਾਂ ਦੁਨੀਆਵੀ ਯਾਤਰਾ ਉਹਦੇ ਵਿੱਚ ਅਸੀਂ ਇਕੱਠੇ ਜਾਂਦੇ ਹਾਂ ਇੰਜੋਏ ਕਰਦੇ ਹਾਂ ਚਾਹੇ ਆਪਣੇ ਰਿਸ਼ਤੇਦਾਰਾਂ ਨਾਲ ਆਪਣੀ ਫੈਮਲੀ ਦੇ ਨਾਲ ਅਸੀਂ ਉਸ ਯਾਤਰਾ ਨੂੰ ਇੰਜੋਏ ਕਰਦੇ ਹਾਂ ਔਰ ਇੱਕ ਦੂਜੇ ਦੀ ਹੈਲਪ ਵੀ ਕਰ ਸਕਦੇ ਹਾਂ ਇਥੇ ਐਗਜ਼ਾਮਪਲ ਦਿੰਦਿਆਂ ਮਹਾਰਾਜ ਵੱਡੇ ਮਹਾਰਾਜੀ ਨੇ ਸਮਝਾਇਆ ਕਿ ਮੌਤ ਤੋਂ ਬਾਅਦ ਅਸੀਂ ਇਕੱਲੇ ਹੀ ਯਾਤਰਾ ਕਰਨੀ ਹੈ ਉੱਥੇ ਅਸੀਂ ਕਿਸੇ ਦੇ ਨਾਲ ਆਪਣੇ ਭੈਣ ਭਰਾ ਦੇ ਨਾਲ ਰਿਸ਼ਤੇਦਾਰ ਦੇ ਨਾਲ ਯਾਤਰਾ ਨਹੀਂ ਕਰ ਸਕਦੇ ਔਰ ਨਾ ਹੀ ਉੱਥੇ ਸਾਡੀ ਕਿਸੇ ਨੇ ਮਦਦ ਕਰਨੀ ਹੈ ਗੁਰੂ ਤੋਂ ਸਿਵਾਏ ਕਿਉਂਕਿ ਗੁਰੂ ਇਸ ਯਾਤਰਾ ਦੇ ਵਿੱਚ ਸਾਡੇ ਨਾਲ ਆਤਮਿਕ ਸਰੂਪ ਦੇ ਵਿੱਚ ਚੱਲ ਸਕਦੇ ਹਨ ਸਰੀਰਿਕ ਰੂਪ ਦੇ ਵਿੱਚ ਤਾਂ ਕੋਈ ਵੀ ਇਸ ਯਾਤਰਾ ਤੇ ਨਹੀਂ ਜਾ ਸਕਦਾ ਕੇਵਲ ਸੂਖਮ ਰੂਪ ਆਤਮਿਕ ਸਰੂਪ ਦੇ ਵਿੱਚ ਪੂਰਨ ਸਤਿਗੁਰੂ ਹੀ ਸਾਡੇ ਨਾਲ ਇਸ ਯਾਤਰਾ ਦੇ ਵਿੱਚ ਜਾ ਸਕਦੇ ਹਨ ਇਸ ਕਰਕੇ ਅਸੀਂ ਉਹਨਾਂ ਨੂੰ ਆਪਣਾ ਸਾਥੀ ਬਣਾਈਏ ਉਹਨਾਂ ਦੇ ਹੁਕਮ ਨੂੰ ਪੂਰਾ ਕਰੀਏ ਪਵਿੱਤਰ ਜੀਵਨ ਜੀਣਾ ਉਹਦੇ ਹੁਕਮ ਨੂੰ ਪੂਰਾ ਕਰਨਾ ਭਜਨ ਸਿਮਰਨ ਕਰਨਾ ਸੇਵਾ ਕਰਨੀ ਤਾਂ ਕਿ ਜਦੋਂ ਮੌਤ ਤੋਂ ਬਾਅਦ ਅਸੀਂ ਇੱਕ ਰੂਹਾਨੀ ਯਾਤਰਾ ਤੇ ਜਾਣਾ ਹੈ ਤੇ ਸਾਡਾ ਇੱਕ ਪਿਆਰਾ ਸਾਥੀ ਪਿਆਰਾ ਸਤਿਗੁਰੂ ਸਾਡੇ ਨਾਲ ਹੋਣਾ ਚਾਹੀਦਾ ਹੈ ਉਹਦੇ ਵਾਸਤੇ ਸਾਨੂੰ ਪਵਿੱਤਰ ਜੀਵਨ ਤੇ ਬਾਬਾ ਜੀ ਦਾ ਜੋ ਹੁਕਮ ਹੈ ਭਜਨ ਸਿਮਰਨ ਦਾ ਉਹਨੂੰ ਪੂਰਾ ਕਰਨਾ ਹੈ ਤਾਂ ਕਿ ਆਪਾਂ ਉਸ ਯਾਤਰਾ ਤੇ ਆਪਣੇ ਪਿਆਰੇ ਸਤਿਗੁਰੂ ਨੂੰ ਨਾਲ ਲੈ ਕੇ ਪ੍ਰਮਾਤਮਾ ਦੇ ਨਾਲ ਮਿਲਨ ਕਰ ਸਕੀਏ ਦੇਖੋ ਕਿੰਨਾ ਅੱਛਾ ਪੁਆਇੰਟ ਹੈ ਇਹਨੂੰ ਜਿਆਦਾ ਤੋਂ ਜਿਆਦਾ ਸੰਗਤ 'ਤੱਕ ਸ਼ੇਅਰ ਕਰੋ ਤਾਂ ਕਿ ਜਿਹੜੇ ਸਤਸੰਗੀ ਨਹੀਂ ਆ ਸਕਦੇ ਸਤਸੰਗ ਸੁਣਨ ਉਹਨਾਂ ਨੂੰ ਵੀ ਇਹਦਾ ਲਾਭ ਮਿਲੇ ਔਰ ਆਪਣੇ ਇਸ ਪਿਆਰੇ ਚੈਨਲ ਨੂੰ ਜਿਆਦਾ ਤੋਂ ਜਿਆਦਾ ਸੰਗਤ ਤੱਕ ਪਹੁੰਚਾਣਾ ਹੈ ਤਾਂ ਕਿ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਬਾਬਾ ਜੀ ਦੇ ਜੀ ਪਿਆਰੇ ਵਚਨ ਵੱਡੇ ਮਹਾਰਾਜ ਚਰਨ ਸਿੰਘ ਜੀ ਦੀ ਇਹ ਪਿਆਰੇ ਵਚਨ ਆਪਣੇ ਜੀਵਨ ਦੇ ਵਿੱਚ ਧਾਰਨ ਕਰਨ ਨੂੰ ਮਿਲਣ ਸਕੇ ਬਾਬਾ ਜੀ ਦੀ ਪਿਆਰੀ ਸਤਕਾਰਯੋਗ ਸੰਗਤ ਜੀ ਰਾਧਾ ਸਵਾਮੀ